ਸਤਿ ਸ਼੍ਰੀ ਅਕਾਲ ਸਾਰੇ ਕਿਸਾਨ ਭਰਾਵਾਂ ਨੂੰ ਅੱਜ ਆਪਾਂ ਤੁਹਾਨੂੰ ਦੱਸਣ ਜਾ ਰਹੇ ਹਾਂ ਅਰਜਨ 55 ਦਾ ਕਿਸੇ ਵੀ 4 ਸਾਲਾਂ ਦੇ ਟਰੈਕਟਰ ਦੀਆਂ ਕੈਪਟਨ ਸੈਟਿੰਗ ਕਿਸ ਤਰੀਕੇ ਨਾਲ ਕਰਨੀ ਹੈ ਆਇਓ ਇਹਦੀ ਆਪਾਂ ਟੈਬਲ ਦੀ ਸੈਟਿੰਗ ਕਰ ਰਹੇ ਹਾਂ ਨਾਲ ਇਹਦੀ ਪੰਪ ਦੀ ਸੈਟਿੰਗ ਕਰਾਂਗੇ ਅੱਜ ਜਿਹਦੇ ਨਾਲ ਇਹਦੀ ਪਾਵਰ ਵਧੂਗੀ ਡੀਜ਼ਲ ਖਰਚਾ ਘਟ ਜਾਏਗਾ ਗਿੜੋ ਜਿਹੜਾ ਸਿਲੰਡਰ ਇਹਦਾ ਬਸ ਬਸ ਕਰੋ ਜਿਹੜਾ ਸਿਲੰਡਰ ਗੇੜ ਕੇ ਚੈੱਕ ਕਰਨਾ ਜਿਹੜਾ ਸਿਲੰਡਰ ਬਾਡੀ ਤੋਂ ਥੋੜ੍ਹਾ ਉੱਪਰ ਟੱਚ ਕਰਿਓ ਉਹ ਸਿਲੰਡਰ ਦੀਆਂ ਆਪਾਂ ਟੈਪਟਾਂ ਕਰਾਂਗੇ ਇਹਦੀਆਂ ਇਸ ਤਰੀਕੇ ਦੇ ਨਾਲ ਆਹ ਵੇਖੋ ਇਹ ਬਿਲਕੁਲ ਨਵਾਂ ਟਰੈਕਟਰ ਆ 300-400 ਘੰਟਾ ਚੱਲਿਆ ਵੇਖੋ ਟੈਬਲ ਕਿੰਨੀ ਲੂਜ਼ ਹੈ ਠੀਕ ਹੈ ਇਹਦਾ ਟੈਬਲ ਦੀ ਸੈਟਿੰਗ ਕਰਨੀ ਆ ਆਪਾਂ ਇੱਦਾਂ ਵਾਰੀ ਵਾਰੀ ਕਿਸ ਵੀ ਡੇਟ ਦੀ ਸੈਟਿੰਗ ਜਦੋਂ ਆਪਾਂ ਕਰਨੀ ਆ ਗੇੜੋ ਗਾੜੀ ਜਿਹੜਾ ਸਿਲੰਡਰ ਤਾਂ ਜਾਏਗਾ ਉਹਦੀ ਸੈਟਿੰਗ ਕਰਨੀ ਆ ਆਪਾਂ ਆਹ ਵੇਖੋ ਇਹਦੀ ਫਾਇਰਿੰਗ ਆਥਰ ਹੁੰਦੀ ਹੈ 1-3-4-2 ਹੁਣ ਇਹ 2 ਨੰਬਰ ਆਏਗਾ ਇਹਦਾ ਆਹ ਵੇਖੋ ਬਾਡੀ ਤੋਂ ਥੋੜ੍ਹਾ ਉੱਪਰ ਕਰਨਾ ਜਦੋਂ ਆਪਾਂ ਹਾਂਜੀ ਇਸ ਤਰੀਕੇ ਨਾਲ ਇਹਦੀਆਂ ਟੈਪਟਾਂ ਕਰਨੀਆਂ ਵੇਖੋ ਟੈਪਟਾਂ ਕਿੰਨੀਆਂ ਲੂਜ਼ ਆ ਦੇਖ ਰਹੇ ਤੁਸੀਂ ਠੀਕ ਆ ਇਹ ਟੈਪ ਨੂੰ ਆਹ ਟਾਇਟ ਆ ਇਹ ਲੂਜ਼ ਆ ਇਹਨੂੰ ਬਿਲਕੁਲ ਪ੍ਰੋਪਰ ਟੈਪਾਂ ਕਰਨਾ ਕੋਈ ਇਹਦੇ ਵਾਸਤੇ ਤੁਹਾਨੂੰ ਫਿਲਰ ਗੇਅਰ ਦੀ ਲੋੜ ਨਹੀਂ ਹੈ ਤੁਸੀਂ ਬਿਲਕੁਲ ਟਾਈਮ ਟਾਈਮ ਇਹਦਾ ਸੈਟਿੰਗ ਕਰ ਸਕਦੇ ਜੀ ਇਸ ਤਰੀਕੇ ਨਾਲ ਹੁਣ ਫਿਰ ਆਪਾਂ ਇਸ ਤਰੀਕੇ ਦੇ ਨਾਲ ਵੇਖੋ 1 ਨੰਬਰ ਇਹਦੀ ਟੈਬਲ 'ਚੋਂ ਗਿੜਾਂਗੇ ਪੰਪ ਤੋਂ ਸੈਟਿੰਗ ਕਰਨੀ ਹੁੰਦੀ ਆਪਾਂ ਕੈਪਟਾਂ ਦੀ ਬਸ ਜਦੋਂ ਬਾਡੀ ਤੋਂ ਉੱਪਰ ਪੰਚਰ ਜਾਊਗਾ ਫਿਰ ਆਪਾਂ ਇਹ ਕੈਪਟਾਂ ਕਰਨੀਆਂ ਚੈੱਕ ਕਰ ਸਕਦੇ ਹਾਂ ਕਿੰਨੀਆਂ ਢਿੱਲੀਆਂ ਟੈਬਲਾਂ ਟੈਬਲਾਂ ਦੀ ਸੈਟਿੰਗ ਕਰਨ ਦੇ ਨਾਲ ਤੁਹਾਡਾ ਟਰੈਕਟਰ ਦੀ ਸਾਊਂਡ ਵੀ ਚੇਂਜ ਹੋਵੇਗੀ ਡੀਜ਼ਲ ਖਰਚਾ ਵੀ ਘਟੇਗਾ ਪਾਵਰ ਵੀ ਵਧੇਗੀ ਠੀਕ ਆ ਆਪਾਂ ਟਾਈਟ ਫੁੱਲ ਕਸਮ ਤੋਂ ਬਣਨਾ ਔਰ ਮਲੀ ਦਾ ਢਿੱਲੀ ਕਰਾਂਗੇ ਠੀਕ ਆ ਆਪਾਂ ਘਰੇ ਹੀ ਆਪਣੇ ਕਿੰਨੀਆਂ ਟਾਈਟਾਂ ਕਰ ਸਕਦੇ ਫਿਰ ਮਤਲਬ ਚਾਰ ਨੰਬਰ ਦੀ ਕਾਊਂਟ ਕਰਾਂਗੇ ਆਪਾਂ ਆਹ ਵੇਖੋ ਲਾਗੇ ਕਰੋ ਆਹ ਬਿਲਕੁਲ ਨਵਾਂ ਟਰੈਕਟਰ ਹੈ ਇੰਨੀ ਚੱਲ ਨਹੀਂ ਹੋਣੀ ਚਾਹੀਦੀ ਇਸ ਟਰੈਕਟਰ ਠੀਕ ਆ ਹੋ ਗਿਆ ਚਾਰ ਨੰਬਰ ਵੇਖੋ ਆ ਗਿਆ ਹੈਂ ਨਹੀਂ ਆ ਗੇੜ ਗੇੜ 1-3 ਆਉਣੀ ਆ ਹਾਂ 3 ਨੰਬਰ ਸਰ 3 ਨੰਬਰ ਆ ਗਈ ਲੱਖ ਦੇ ਆਹ ਵੇਖੋ ਕਿਸ ਤਰੀਕੇ ਨਾਲ ਠੀਕ ਟਰੈਕਟਰ ਬਹੁਤ ਲਈ ਆ ਹੁਣ 4 ਨੰਬਰ ਆਏਗੀ ਵਿਖਾਓ ਇਧਰੋਂ ਆ ਗਈ ਇੰਨੀ ਲੂਜ਼ ਟੈਬਲ ਨਹੀਂ ਹੋਣੀ ਚਾਹੀਦੀ ਤੁਸੀਂ ਆਪਣੇ ਕਿਸੇ ਵੀ ਟਰੈਕਟਰ ਦੀ ਪਹਿਲੀ ਸਰਵਿਸ 'ਤੇ ਨਹੀਂ ਦੂਜੀ ਸਰਵਿਸ 'ਤੇ ਜ਼ਰੂਰ ਟੈਬਲਾਂ ਚੈੱਕ ਕਰਾਉਣੀਆਂ ਹੁੰਦੀਆਂ ਵਾ ਅਗਰ ਟਰੈਕਟਰ ਦੀ ਟੈਬਲ ਸਹੀ ਆ ਟਾਈਮਿੰਗ ਸਹੀ ਆ ਤੁਹਾਡੇ ਟਰੈਕਟਰ ਦੀ ਸਾਊਂਡ ਅਲੱਗ ਹੋਵੇਗੀ ਤੁਹਾਡੇ ਟਰੈਕਟਰ ਦੀ ਖਿਚਾਈ ਪੂਰੀ ਹੋਵੇਗੀ
ਹੁਣ ਆਪਾਂ ਇਹਦੇ ਪੰਪ ਦੀ ਸੈਟਿੰਗ ਕਰਾਂਗੇ, ਸੈਟਿੰਗ ਕਰਨ ਤੋਂ ਬਾਅਦ ਇਹਦੀ ਉਚਾਈ ਵੱਜੇਗੀ, ਡੀਜ਼ਲ ਖਰਚਾ ਘੱਟ ਜਾਏਗਾ। ਟਾਈਮਰ ਕਵਰ ਲਾਓ, ਇਹਦੇ ਪੰਪ ਦੀ ਸੈਟਿੰਗ ਕਰਨੀ ਆਪਾਂ, ਸੈਟਿੰਗ ਕਰਨ ਤੋਂ ਬਾਅਦ ਇਹਦੀ ਪਾਵਰ ਜਿਹੜੀ ਆ ਬਹੁਤ ਜ਼ਿਆਦਾ ਵੱਜੇਗੀ।